सत श्रीकाल दोस्तों, मैं किरणदीप सिंह राय, तो दोस्तों आज मैं फिर तुहाडे लई कैंड विलॉग लैके आया। तो अज्ज दे विलॉग विच आपां तुहानूं एक बहुत ही सोहनी कार दिखावांगे। तो भाई उन्होंने रीजां ला के पूरी एक नंबर बनाई हुई है, कह दिए बहुत ही मॉडिफिकेशन की हुई ने कार च। तो आज फिर भाई उन्होंने गलबात भी करते हैं, तो विलॉग भी शुरू करते हैं आपां अपना। सो गाइस, अज्ज साडे नाल ने सिमरन झिंजर भाई। होर भाई जी, की हाल चाल है? ठीक ठाक हो? तो भाई मैनू ए दसो यार, गड्डी का सिलसिला किवें शुरू होया, किवें तुहाडे दिल च आया भी यार गड्डी दे चेंजेस करवाने आ, ओह दसो तुसीं यार। बस वीर, अपन नूं ना शुरू ते शौक है यार गड्डियां दा, जिवें कि छोटे हुंदिया तों ही शौक है, यामें बोल्ट बाल्ट ट्रैक्टर चलो देखदे रहने आपां, ओहदे करके आपां नूं बहुत ज्यादा क्रेज आ इहनां दा। ठीक है, इस करके वीर आपां ने गड्डी लई। फिर रमणा भरा है वीर दमन गडांग। अच्छा, ठीक है ठीक है। ओह वीर ने कहा था कि आपां ने बलैरो लेनी है, कि एवें एवें करनी है। ओह वीर कहिंदा वी एवें दसना ਨਾ ਬਾਈ ਉਹਨੇ ਇੰਸਟਾ ਤੇ ਬਹੁਤ ਫੇਮਸ ਨੇ, ਸਪੈਸ਼ਲੀ ਬਾਈ ਉਹਨਾਂ ਦੀ ਰੀਲਸ ਹੁੰਦੀਆਂ ਜਿਹੜੀਆਂ ਉਹ ਮਿਲੀਅਨਸ ਤੱਕ ਜਾਂਦੀਆਂ ਨੇ। ਠੀਕ ਹੈ ਬਾਈ ਯਾਰ, ਤੁਹਾਡਾ ਕਹਿ ਦਈਏ ਵੀ ਇਹਨੇ ਰੀਚ ਕਿਵੇਂ ਵਧੀ? ਪਹਿਲਾਂ ਤਾਂ ਇੰਸਟਾ ਵਾਲੀ ਹੈ। ਬਸ ਵੀਰ, ਉਹ ਨਾ ਇੰਸਟਾ ਦੀ ਆਪਾਂ ਨੇ ਗੱਡੀ ਦੇ ਪਿੱਛੇ ਕਵਰ ਲਵਾਇਆ ਹੋਇਆ ਹੈ। ਓਕੇ ਓਕੇ ਓਕੇ। ਉਹ ਹਲੇ ਤੱਕ ਕਿਸੇ ਨੇ ਨਹੀਂ ਲਵਾਇਆ, ਆਪਣੀ ਕਵਰ ਕਰਕੇ ਸਭ ਤੋਂ ਵੱਧ ਚੜਾਈ ਹੋਈ ਹੈ। ਅੱਛਾ, ਕਰਕੇ ਆਪਾਂ ਨੂੰ ਵਿਊਜ਼ ਆਉਣ ਲੱਗੇ, ਸਾਰਾ ਕੁਝ ਆਉਣ ਲੱਗੇ, ਫੋਲੋਅਰਸ ਵਧਣ ਲੱਗੇ। ਠੀਕ ਹੈ ਠੀਕ ਹੈ। ਉਹ ਕਵਰ ਕਰਕੇ ਵੀਰ ਸਾਰਾ ਕੁਝ ਅੱਗੇ ਤੇ ਅੱਗੇ ਚੱਲਦਾ ਰਿਹਾ, ਹੁਣ ਵੀ ਜਿਵੇਂ ਕਿ ਇੰਸਟਾ ਤੇ ਤੁਸੀਂ ਦੇਖਦੇ ਹੀ ਆ ਉਹ ਤੇ ਹੁੰਦੀ ਹੈ। ਇਹ ਤਾਂ ਹੈ ਹੀ ਹੈ। ਹਾਂ, ਬਸ ਉਹਦੇ ਕਰਕੇ ਵੀਰ ਅੱਗੇ। ਇੱਕ ਗੱਲ ਇਹ ਵੀ ਦੇਖੀ ਆ ਵੀ ਡੇ ਬਾਈ ਡੇ ਨਵਾਂ ਕਨਸੈਪਟ ਤੁਸੀਂ ਫੜਦੇ ਹੋ, ਹੈਨਾ ਵੀ ਇਹ ਰੀਲਾਂ ਵਾਲੇ ਤਾਂ ਅੱਜ ਕੱਲ ਪੂਰੀ ਕਹਿ ਦਈਏ ਨੰਬਰ 1 ਤੇ ਚੱਲਦੀ ਹੋਈ ਕਾਰ। ਬਸ ਵੀਰ, ਵਿਹਲੇ ਹੁੰਨੇ ਆ, ਆਪਣਾ ਭਾਈ ਆ ਸਤਨਾਮ ਬਣਵਾਇਤ। ਹਾਂਜੀ ਹਾਂਜੀ। ਬਸ ਉਹ ਵੀਰ ਨੂੰ ਵੀ ਬਹੁਤ ਸ਼ੌਂਕ ਹੈ, ਉਹ ਆ ਜਾਂਦੇ ਨੇ ਤੇ ਆਪਾਂ ਵੀਡੀਓ ਵਾਡੀਓ ਪਾਈ ਜਾਂਦੇ ਆ ਵੀਰ, ਬਸ ਵਿਹਲੇ ਹੁੰਨੇ ਆ ਤਾਂ ਕਰਕੇ। ਠੀਕ ਹੈ ਠੀਕ ਹੈ। ਕਹਿ ਦਈਏ ਮਤਲਬ ਵੀ ਆਪਣਾ ਸ਼ੌਂਕ ਵੀ ਪਗਾਈ ਜਾਂਦੇ ਆ, ਫਨ ਵੀ ਚੱਲਦਾ ਪੂਰਾ, ਹੈਨਾ। ਤੇ ਬਾਈ ਚਲੋ ਆਪਾਂ ਹੁਣ ਗੱਡੀ ਤੇ ਆਨੇ ਆ, ਆਪਾਂ ਕਾਰ ਐਕਚੁਅਲ ਚ ਹੈ ਕਿਹੜੀ ਹੈ ਯਾਰ? ਇਹ ਵੀਰ ਬਲੈਰੋ ਹੈ B4 ਮਹਿੰਦਰਾ, ਸਿੰਪਲ ਲਈ ਸੀਗੀ ਆਪਾਂ ਨੇ ਅੰਦਰ ਤੋਂ ਤਿਆਰ ਕਰਾਉਣੀ ਸੀ ਤਾਂ ਕਰਕੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੇ ਟੋਟਲੀ ਸਟਾਕ ਗੱਡੀ ਲੱਤੀ ਸੀਗੀ ਤੁਸੀਂ ਨਵੀਂ? ਹੈ ਨਿਊ ਲੱਤੀ ਸੀਗੀ ਵੀਰੇ, ਬਿਲਕੁਲ। ਤੇ ਸਿੰਪਲ ਇਸ ਕਰਕੇ ਲੱਤੀ ਸੀ ਆਪਣੇ ਅੰਦਰ ਤੋਂ ਤਿਆਰ ਕਰਾਉਣੀ ਸੀ ਵੀਰੇ। ਅੱਛਾ, ਮਤਲਬ ਇਹ ਮੇਨ ਅੰਦਰ ਤੋਂ ਤਿਆਰ ਕਰਾਉਣ ਦਾ ਕੀ ਰੀਜ਼ਨ ਸੀਗਾ? ਇੰਟੀਰੀਅਰ ਯਾਰ ਸ਼ੌਂਕ ਹੈ ਵੀਰ, ਤੁਹਾਨੂੰ ਪਤਾ ਹੀ ਹੈ ਸ਼ੌਂਕ ਸ਼ੌਂਕ ਹੀ ਹੁੰਦਾ। ਤੇ ਬਾਈ ਨੇ ਹੀ ਕਿਹਾ ਸੀ, ਉਹ ਬਾਈ ਦਮਨ ਬਾਈ ਨੇ, ਹਾਂ ਕਿ ਅੰਦਰ ਤੋਂ ਤਿਆਰ ਕਰਾਉਣੀ ਹੈ। ਅੱਛਾ, ਤੇ ਹੁਣ ਵੀਰ ਨੇ ਅੱਗੇ ਬਸ ਥੋੜੇ ਦਿਨ ਤੱਕ ਲਾਈਟਾਂ ਭੇਜੀਆਂ ਬਾਹਰ ਤੋਂ ਹੀ, ਉਹ ਆਪਾਂ ਲਾ ਕੇ ਵੀਡੀਓ ਕਰੋਗੇ। ਠੀਕ ਹੈ ਠੀਕ ਹੈ ਠੀਕ ਹੈ। ਠੀਕ ਹੈ, ਤੇ ਹੁਣ ਤੱਕ ਬਈ ਚਲੋ ਆਪਾਂ ਆਨੇ ਆ ਵੀ ਆਪਾਂ ਗੱਡੀ ਤੇ ਆਨੇ ਹਨਾ, ਕੀ ਕੀ ਚੇਂਜ ਕਰਵਾਏ ਨੇ ਤੁਸੀਂ ਇਸ ਚ ਦੱਸੋ? ਪਹਿਲਾਂ ਫੋਗ ਲੈਂਪ ਆ ਰਹੇ ਸਿੰਪਲ ਯੈਲੋ ਹੁੰਦੇ ਨੇ। ਓਕੇ, ਤੇ ਫਿਰ ਉਹ ਵਾਈਟ ਕਰਾਏ ਨੇ, ਤੇ ਉੱਪਰੋਂ ਲਾਈਟਾਂ ਤੇ ਹਾਰਨ, ਠੀਕ ਹੈ, ਸਭ ਤੋਂ ਵੱਡੇ ਰਿਮ ਨੇ। ਓਕੇ, ਚਲੋ ਸਭ ਤੋਂ ਜ਼ਿਆਦਾ ਮੇਨ ਅਟਰੈਕਸ਼ਨ ਇਹਦੀ ਰਿਮਸ ਦੀ ਆ, ਹਨਾ? ਠੀਕ ਹੈ, ਇਹ ਕਿੰਨੇ ਇੰਚੀ ਦੇ ਰਿਮਸ ਨੇ ਬ੍ਰੋ? 20 ਇੰਚ ਹੈ ਵੀਰ। ਓਕੇ ਓਕੇ, 20 ਇੰਚੀ ਦੇ, ਠੀਕ ਹੈ ਠੀਕ ਹੈ। ਤੇ ਬਾਈ ਕਿੰਨਾ ਕੁ ਚਿਰ ਹੋ ਗਿਆ ਕਰਵਾਏ ਨੂੰ ਤੁਸੀਂ? ਬਸ ਵੀਰ ਆਪਾਂ ਨੂੰ 2-3 ਮਹੀਨੇ ਹੋਏ ਨੇ। ਓਕੇ ਓਕੇ ਓਕੇ, ਠੀਕ ਹੈ ਠੀਕ ਹੈ। ਤੇ ਹੋਰ ਇਹਦੀ ਜਿਹੜੀ ਬੈਕ ਵਾਲੀ ਮੇਨ ਅਟਰੈਕਸ਼ਨ ਹੈ ਉਹਦੇ ਬਾਰੇ ਦੱਸੋ ਤੁਸੀਂ ਕੁਝ ਯਾਰ। ਇਹ ਬਸ ਸਾਰੇ ਇੰਸਟਾ ਤੇ ਘੱਟੋ ਘੱਟ ਮੈਨੂੰ ਰੋਜ਼ 20-25 ਮੈਸੇਜ ਆਉਂਦੇ ਨੇ ਕਿ ਕਵਰ ਕਿੱਥੋਂ ਲਿਆ, ਕਵਰ ਕਿੱਥੋਂ ਲਿਆ। ਹਾਂਜੀ ਹਾਂਜੀ, ਤੇ ਉਹਦੇ ਕਰਕੇ ਵੀਰੇ ਪਿੱਛੋਂ ਤੋਂ ਜੀਵੈਗਨ ਲੁੱਕ ਲੱਗਦੀ ਹੈ। ਹਾਂ ਉਹੀ ਹੈ, ਮਤਲਬ ਫਸਟ ਲੁੱਕ 'ਚ ਬੰਦਾ ਦੇਖ ਕੇ ਕਹਿੰਦਾ ਯਾਰ ਜੀਵੈਗਨ ਜਾ ਰਹੀ ਹੈ, ਹੈਨਾ? ਤੇ ਜਾਂਦੀ ਉਹਦਾ ਪਲੇ, ਸਹੀ ਗੱਲ ਹੈ ਸਹੀ ਗੱਲ ਹੈ। ਤੇ ਕਲੋਜ਼ਲੀ ਆ ਕੇ ਪਤਾ ਚੱਲਦਾ, ਪਰ ਉਂਝ ਆ ਵੀ ਗੱਡੀ ਚੱਲਦੀ ਹੋਈ ਤਾਂ ਪੂਰਾ ਸਵਾਦ ਲੱਗਦਾ ਵੀ ਬਹੁਤ ਸੋਹਣੀ ਲੱਗਦੀ ਹੈ, ਹੈਨਾ? ਹਾਂਜੀ ਵੀਰੇ, ਹਾਂਜੀ ਠੀਕ ਹੈ ਠੀਕ ਹੈ। ਇਹਦੇ 'ਚ ਬ੍ਰੋ ਕਿੰਨਾ ਖਰਚਾ ਆ ਵੀਰੇ? ਕਵਰ ਆਪਾਂ ਨੂੰ 15,000 ਰੁਪਏ ਚ ਪਿਆ ਸੀਗਾ। ਓਕੇ 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 ਓਕੇ, ਠੀਕ ਹੈ ਠੀਕ ਹੈ। ਤੇ ਮੈਨੂੰ ਐਂ ਦੱਸੋ ਯਾਰ, ਆ ਜਿਹੜਾ ਕਵਰ ਹੈ ਕਿੱਥੇ ਤੇ ਅਵੇਲੇਬਲ ਹੁੰਦਾ, ਕਿੱਥੇ ਤੇ ਮਿਲਦਾ ਇਹ? ਵੀਰੇ ਦਮਨਵੀਰ ਦਾ ਦਿਮਾਗ ਹੈ, ਉਹਨਾਂ ਨੇ ਦੱਸਿਆ ਤਾਂ ਕਿ ਇਹ ਆਪਾਂ ਐਵੇਂ, ਵੈਸੇ ਬਲੈਰੋ ਦਾ ਆਉਂਦਾ ਨਹੀਂ ਹੈਗਾ ਵੀਰੇ, ਮੈਨੂੰ ਬਹੁਤ ਵੀਰ ਮੈਸੇਜ ਕਰਦੇ ਇੰਸਟਾ ਤੇ ਕਿ ਬਾਈ ਕਿੱਥੋਂ ਕਵਰ ਲਿਆ ਕਿ ਕਿਵੇਂ ਪਵਾਇਆ ਕਿ ਕਿੱਥੋਂ ਬਣਿਆ। ਓਕੇ 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 ਓਕੇ। ਤੇ ਵੀਰੇ ਇਹ ਮੈਂ ਦੱਸਾਂ ਕਿ ਇਹ ਬਲੈਰੋ ਦਾ ਕਵਰ ਨਹੀਂ ਹੈਗਾ ਵੀਰੇ। ਅੱਛਾ, ਇਹ ਟਾਟਾ ਸਵਾਰੀ ਦਾ ਕਵਰ ਵੀਰੇ, ਦਮਨਵੀਰ ਨੇ ਦੱਸਿਆ ਸੀਗਾ। ਓਕੇ, ਉਹਨਾਂ ਨੇ ਦੱਸਿਆ ਕਿ ਇਹਨੂੰ ਪੇਂਟ ਪੂੰਟ ਕਰਾ ਕੇ ਤਿਆਰ ਕਰਾਓ। ਠੀਕ ਹੈ ਟਾਟਾ ਸਵਾਰੀ ਦਾ ਕਵਰ ਹੈ। ਤਾਂ ਥੋੜੀ ਕਹਿ ਦਈਏ ਪੂਰੀ ਤੁਹਾਡੀ R&D ਲੱਗੀ ਹੈ, ਰਿਸਰਚ ਪੂਰੀ, ਹੈ ਨਾ? ਤੁਸੀਂ ਕਰਕੇ ਫਿਰ ਤੁਸੀਂ ਫਿੱਟ ਕਰਵਾਇਆ ਇਹਦਾ, ਹੈ? ਠੀਕ ਹੈ ਠੀਕ ਹੈ। ਤੇ ਉਹਦੇ 'ਚ ਯਾਰ ਟਾਇਰ ਦਾ ਨਹੀਂ ਕੁਛ ਕੋਈ ਸੀਨ ਲੱਗਿਆ ਵੀ? ਟਾਇਰ ਵੀਰ 20 ਇੰਚੀ ਟਾਇਰ ਹੈ ਵਿੱਚ ਲੱਗਿਆ ਹੋਇਆ ਇਹਦੇ। ਅੱਛਾ, ਉਹਦੇ ਉੱਪਰ ਇੱਕ ਕਵਰ ਕੀਤਾ ਹੋਇਆ, ਪਿੱਛੇ ਬੈਲਟਾਂ ਲੱਗੀਆਂ। ਅੱਛਾ, ਨੀਚੇ ਬੈਲਟ ਪਾਈ ਹੋਈ ਹੈ ਇਸਦੇ, ਹੈ? ਠੀਕ ਹੈ ਠੀਕ ਹੈ। ਲੱਗ ਬਹੁਤ ਸੋਹਣਾ ਰਿਹਾ ਵੈਸੇ, ਹੈ ਨਾ? ਉਹਦੇ ਵਿੱਚ ਰਿਮ ਵੀ ਵਿੱਚ ਲਾਇਆ ਵਾਲਾ ਰਿਮ ਹੈਗਾ ਏ। ਅੱਛਾ, ਜੇ ਕਹਿ ਦਈਏ 5th ਟਾਇਰ ਦਾ ਰਿਮ ਹੈਗਾ ਤੁਹਾਡੇ ਨਾਲ ਹੀ ਹੈ, ਹੈ? ਵਿੱਚ ਰਿਮ ਲਾਇਆ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਚਲ ਬਹੁਤ ਵਧੀਆ ਗੱਲ ਹੈ ਬਾਈ। ਤੇ ਬਾਈ ਇਹ ਦੱਸੋ ਕਿ ਐਗਜ਼ੌਸਟ ਦਾ ਵੀ ਕੋਈ ਚੇਂਜ ਕਰਵਾਇਆ ਹੋਇਆ? ਨਹੀਂ ਵੀਰੇ, ਹਲੇ ਇਹਦਾ ਕਰਾਉਣਾ ਹੈ, ਬਾਕੀ ਇਹ ਸਿੰਪਲੀ ਆ ਹਲੇ। ਓਕੇ ਓਕੇ ਓਕੇ। ਤਾਂ ਬਸ ਕਹਿ ਦਿਓ ਕੱਪ ਪਾਇਆ ਹੋਇਆ, ਇੱਕ ਕਵਰ ਪਾਇਆ ਹੋਇਆ, ਹੈ ਨਾ?
ਠੀਕ ਹੈ ਠੀਕ ਹੈ ਬਾਈ ਤੇ ਫਿਰ ਹੋਰ ਕੋਈ ਬੈਕ ਸਾਈਡ ਤੇ ਕੋਈ ਪੇਂਟ ਕਰਵਾਇਆ ਕੁਝ ਕਰਵਾਇਆ ਨਹੀਂ ਨਹੀਂ ਵੀਰ ਹੋਰ ਕੁਝ ਨਹੀਂ ਕਰਾਇਆ ਬਾਕੀ ਸਿੰਪਲ ਹੈ ਜੀ ਠੀਕ ਹੈ ਠੀਕ ਹੈ ਤੇ ਇਹਦੇ ਬਾਕੀ ਕਹਿ ਦਈਏ ਗੱਡੀ ਦੇ ਸ਼ੀਸ਼ੇ ਨੇ ਕਾਲੇ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਬਾਈ ਤੇ ਬਾਈ ਮੈਨੂੰ ਇਹ ਦੱਸੋ ਯਾਰ ਇਹ ਈਗਲ ਦਾ ਮੇਨ ਲਵਾਉਣ ਦਾ ਕੀ ਕਾਰਨ ਹੈ ਯਾਰ ਵੀਰੇ ਇਹ ਆਪਣੀ ਈਗਲ ਦਾ ਮੇਨ ਕਾਰਨ ਐਵੇਂ ਹੈ ਕਿ ਵੀਰੇ ਦਮਨ ਵੀਰ ਜਿੰਨੀਆਂ ਵੀ ਉਧਰ ਬਾਹਰ ਗੱਡੀਆਂ ਟਰੱਕ ਟਰੈਕਟਰ ਸਾਰਿਆਂ ਤੇ ਵੀਰੇ ਇਹ ਈਗਲ ਲੱਗੀ ਹੋਈ ਹੈ ਕਿ ਉਧਰ ਉਹਨਾਂ ਦੀ ਪਛਾਣ ਹੁੰਦੀ ਹੈ ਕਿ ਵੀਰ ਦੀ ਇੱਧਰ ਵੀ ਪਛਾਣ ਹੋਵੇ ਵੀ ਇੱਧਰ ਵੀ ਗੱਡੀ ਤੇ ਈਗਲੇ ਲੱਗੀ ਹੋਈ ਹੈ ਠੀਕ ਹੈ ਠੀਕ ਹੈ ਤੇ ਬਾਈ ਨੇ ਬਾਹਰ ਵੀ ਜਿਹੜੇ ਆਪਣੇ ਸੰਦ ਰੱਖੇ ਹੋਏ ਨੇ ਹਨਾ ਸਾਰਿਆਂ ਤੇ ਈਗਲ ਰੱਖੀ ਹੋਈ ਹੈ ਹੈ ਹਾਂਜੀ ਹਾਂਜੀ ਠੀਕ ਹੈ ਇੱਕ ਤਰ੍ਹਾਂ ਨਿਸ਼ਾਨੀ ਕਹਿ ਦੋ ਬਾਈ ਦੀ ਨਿਸ਼ਾਨੀ ਹੈ ਵੀਰੇ ਅੱਜ ਜਿਵੇਂ ਕਿ ਮੈਂ ਜਾਨਣਾ ਚਾਹੁੰਦਾ ਇਹਦੀ ਗੱਡੀ ਨਾਲ ਮੇਰੀ ਪਛਾਣ ਹੋਈ ਤੇ ਕੀ ਈਗਲ ਉਹਦੀ ਗੱਡੀ ਪਿੱਛੇ ਲੱਗੀ ਹੋਈ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਈ ਤੇ ਬਾਈ ਮੈਂ ਇੱਕ ਹੋਰ ਗੱਲ ਪੁੱਛਣੀ ਸੀ ਚਲੋ ਤੁਸੀਂ ਬਲੈਰੋ ਲਿੱਤੀ ਹੈ ਨਾ ਇਹਦੇ ਬੈਕ ਸਾਈਡ ਤੇ ਕੈਮਰਾ ਆਉਂਦਾ ਨਹੀਂ ਵੀਰ ਕੈਮਰਾ ਆਉਂਦਾ ਨਹੀਂ ਹੈਗਾ ਆਪਸ਼ਨ ਹੁੰਦੀ ਹੈ ਪਰ ਆਪਾਂ ਨੇ ਲਵਾਇਆ ਨਹੀਂ ਹੈਗਾ ਜੀ ਓਕੇ 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 ਉਹ ਸਕਰੀਨ ਲਵਾਈ ਹੋਈ ਹੈ ਵੀ ਅੰਦਰ ਤੋਂ ਫਿੱਟ ਨਹੀਂ ਕਰਾਇਆ ਹੋਇਆ ਵੀਰੇ ਓਕੇ 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 ਠੀਕ ਹੈ ਕਿਉਂਕਿ ਯਾਰ ਇਹ ਗੱਲ ਪੁੱਛਣੀ ਮੇਨ ਸੀਗੀ ਹੈ ਨਾ ਠੀਕ ਹੈ ਸੈਂਸਰ ਦਿੱਤੇ ਹੋਏ ਹਾਂ ਸੈਂਸਰ ਮੈਂ ਦੇਖ ਕੇ ਕੀ ਕਿਹਾ ਤੁਹਾਨੂੰ ਵੀ ਕੈਮਰਾ ਹੈਗਾ ਇਸ ਜਾਂ ਤੁਸੀਂ ਇੰਸਟਾਲ ਕਰਾਇਆ ਹੋਇਆ ਲਵਾਇਆ ਨਹੀਂ ਹੈ ਠੀਕ ਹੈ ਚਲੋ ਬਾਈ ਮੈਨੂੰ ਹੁਣ ਇਹਦੇ ਵਿੱਚ ਲਾਈਟਾਂ ਬਾਰੇ ਦੱਸੋ ਲਾਈਟਾਂ ਦਾ ਕਿਵੇਂ ਆਇਆ ਦਿਲ 'ਚ ਯਾਰ ਇਹ ਬਸ ਇਹ ਵੀਰੇ ਇੰਸਟਾ ਤੇ ਦੇਖਦੇ ਰਹਿੰਦੇ ਆ ਹਾਂ ਹਾਂ ਦੁਨੀਆਂ ਤੇ ਲੱਗੀਆਂ ਹੋਈਆਂ ਫਿਰ ਆਪਾਂ ਦੇ ਵੀ ਕੀੜਾ ਉੱਠਿਆ ਵੀ ਲਾਈਟਾਂ ਲਵਾਈਏ ਠੀਕ ਹੈ ਤੇ ਇਹ ਕਿੱਥੋਂ ਕਰਵਾਇਆ ਲਾਈਟਾਂ ਦਾ ਕੰਮ ਜੀ ਇਹ ਲਾਈਟਾਂ ਦਾ ਕੰਮ ਵੀਰੇ ਕਰਾਲੀ ਤੋਂ ਕਰਵਾਇਆ ਸੀਗਾ ਓਕੇ ਲੋਕਲੀ ਹੈ ਮਤਲਬ ਕਰਵਾਇਆ ਹੋਇਆ ਤੇ ਹੁਣ ਆਪਾਂ ਨੇ ਬਾਹਰ ਤੋਂ ਮੰਗਾਈਆਂ ਹੋਈਆਂ ਉਹ ਆ ਜਾਣੀਆਂ ਫਿਰ ਉਹ ਲਾ ਕੇ ਪਾਵਾਂਗੇ ਵੀਡੀਓ ਤੇ ਉਹ ਦਮਨ ਬਾਈ ਤੋਂ ਹੀ ਮੰਗਵਾਈਆਂ ਹੋਈਆਂ ਦਮਨ ਬਾਈ ਨੇ ਹੀ ਭੇਜੀਆਂ ਹੋਈਆਂ ਠੀਕ ਹੈ ਤੇ ਬਾਈ ਨਹੀਂ ਕਹਿੰਦਾ ਯਾਰ ਕਿਆ ਤੁਸੀਂ ਖਰਚਾ ਕਰਾਈ ਜਾਂਦੇ ਹੋ ਹੈ ਯਾਰ ਬਸ ਵੀ ਆ ਚੀਜ਼ ਇਦਾਂ ਰੱਖਣੀ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਬਾਈ ਕਿੰਨਾ ਕੁ ਖਰਚਾ ਆ ਗਿਆ ਮਤਲਬ ਲਾਈਟਾਂ 'ਚ ਇਕੱਲੀ ਲਾਈਟਸ 'ਚ ਜਿਹੜੀ ਤੁਸੀਂ ਟਾਇਰ ਟਾਇਰ ਵਗੈਰਾ ਚਲਵਾਈ ਹੋਈ ਹੈ ਲਾਈਟਾਂ ਦਾ ਤਾਂ ਫਿਰ 3000 ਰੁਪਏ ਦਾ ਖਰਚਾ ਸਾਰੀਆਂ ਦੀਆਂ ਮਤਲਬ ਜ਼ਿਆਦਾ ਨਹੀਂ ਹੈਗੀ ਹਨਾ ਠੀਕ ਹੈ ਓਕੇ 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 ਚਲੋ ਫਿਰ ਹੁਣ ਆਪਾਂ ਇੰਟੀਰੀਅਰ ਤੇ ਆਨੇ ਆ ਇੰਟੀਰੀਅਰ ਦਿਖਾ ਲਓ ਤੇ ਬਾਈ ਮੈਨੂੰ ਐਂ ਦੱਸੋ ਯਾਰ ਇੰਟੀਰੀਅਰ 'ਚ ਕੀ ਕਰਵਾਇਆ ਤੁਸੀਂ ਬਸ ਫਿਰ ਆ ਦੇਖ ਲਓ ਤੁਸੀਂ ਸਾਰੀ ਆਪਾਂ ਨੇ ਛਾਉਣ ਤੋਂ ਸਾਰੀ ਛੱਤ ਠੀਕ ਹੈ ਤੇ ਸਾਰੀਆਂ ਵਿੰਡੋਜ਼ ਵੁੰਡੋਜ਼ ਸਾਰਾ ਕੁਝ ਸਿੱਟਾਂ ਇਹ ਸਾਰਾ ਕੁਝ ਆਪਾਂ ਨੇ ਦੁਬਾਰ ਤੋਂ ਕਰਾਇਆ ਵੀਰੇ ਅੱਛਾ ਇਹ ਤੁਸੀਂ ਸਾਰੀ ਕਵਰ ਕਰਵਾਈ ਹੈ ਹਾਂਜੀ ਹਾਂਜੀ ਨਹੀਂ ਇਹ ਸਿੰਪਲ ਆਉਂਦੀ ਹੈ ਵੀਰੇ ਤਾਂ ਕਰਕੇ ਆਪਾਂ ਨੇ ਸਾਰੀ ਦੁਬਾਰੇ ਕਰਾਈ ਹੈ ਤੇ ਬਾਕੀ ਆ ਸਕਰੀਨ ਲਵਾਈ ਹੈ ਅਲੱਗ ਤੋਂ ਬਾਕੀ ਅੰਦਰ ਤੁਸੀਂ ਲਾਈਟਾਂ ਲੂਟਾਂ ਦੇਖ ਸਕਦੇ ਹੋ ਠੀਕ ਹੈ ਮੈਂ ਇੱਕ ਗੱਲ ਹੋਰ ਨੋਟਿਸ ਕੀਤੀ ਇਹਦੇ ਨਾਲ ਤੁਹਾਡਾ ਸਾਊਂਡ ਪ੍ਰੂਫਿੰਗ ਦਾ ਵੀ ਇਫੈਕਟ ਪੈ ਗਿਆ ਹਨਾ ਵੀ ਬਾਹਰੋਂ ਜ਼ਿਆਦਾ ਸਾਊਂਡ ਨਹੀਂ ਆਉਂਦੀ ਹਨਾ ਹਾਂਜੀ ਹਾਂ ਉਹ ਜ਼ਿਆਦਾ ਮਤਲਬ ਟੋਟਲੀ ਬੰਦ ਹੀ ਹੋ ਗਈ ਹੈ ਇੱਕ ਤਰ੍ਹਾਂ ਦੀ ਹਨਾ ਠੀਕ ਹੈ ਇਹਨੇ ਕਿੰਨਾ ਖਰਚਾ ਆ ਗਿਆ ਬਾਈ ਇਹਦੇ ਇਹ ਤੇ ਵੀਰੇ ਸਾਰਾ ਟੋਟਲ 40,000 ਰੁਪਏ ਖਰਚਾ ਆ ਗਿਆ ਵਿੱਚੇ ਸੀਟ ਕਸੂਰ ਕਵਰ ਮੈਟਿੰਗ ਨੀਚੇ ਸਾਰਾ ਕੁਝ ਕਰਕੇ ਵੀਰੇ ਹਾਂ ਤੇ ਕੰਪਲੀਟ ਪੈਕੇਜ ਕਰ ਦਿਆ ਵੀ ਇਹ ਵੀ ਸੀਟਾਂ ਵੀ ਚੇਂਜ ਹੋਈਆਂ ਨੀਚੇ ਮੈਟਸ ਵਗੈਰਾ ਵੀ ਕੰਪਲੀਟ ਓਕੇ 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 ਠੀਕ ਹੈ ਠੀਕ ਹੈ ਤੇ ਬਾਈ ਹੋਰ ਇਹ ਤੁਹਾਡਾ ਇਹ ਵੀ ਸਿਸਟਮ ਵੀ ਚੇਂਜ ਕਰਵਾਇਆ ਤੁਸੀਂ ਆ ਵੀ ਸਕਰੀਨ ਨਹੀਂ ਤਾਂ ਸਿੰਪਲ ਇੱਥੇ ਡੈਕ ਆਂਦਾ ਹੈ ਏਜੰਸੀ ਵੱਲੋਂ ਉਹ ਆਪਾਂ ਨੇ ਲਵਾਇਆ ਨਹੀਂ ਸੀਗਾ ਤੇ ਆਪਾਂ ਨੇ ਸਕਰੀਨ ਲਵਾਈ ਸੀਗੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦਾ ਕਿੰਨਾ ਖਰਚਾ ਆ ਗਿਆ ਸੀ ਇਹਦਾ ਵੀਰੇ ਸਕਰੀਨ ਸਿਸਟਮ ਦਾ ਸਾਰਾ ਹੀ 20-22,000 ਰੁਪਏ ਖਰਚਾ ਆ ਗਿਆ ਸੀਗਾ ਓਕੇ 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 ਠੀਕ ਹੈ ਠੀਕ ਹੈ ਤੇ ਬਾਈ ਬਹੁਤ ਸੋਹਣੀ ਲੱਗ ਰਹੀ ਹੈ ਇੱਕ ਤਾਂ ਮੈਨੂੰ ਸਭ ਤੋਂ ਬੈਸਟ ਗੱਲ ਇਹ ਲੱਗੀ ਬਾਹਰ ਦੀ ਵੌਇਸ ਬਹੁਤ ਘੱਟ ਗਈ ਇਹਦੇ ਨਾਲ ਹਨਾ ਕਿਉਂਕਿ ਮੇਨਲੀ ਆਪਾਂ ਗੱਡੀ 'ਚ ਗੱਡੀਆਂ ਦੇਖਦੇ ਹਾਂ ਨਾ ਵੀ ਬਾਹਰੋਂ ਕਾਫੀ ਵੌਇਸ ਆਉਂਦੀ ਹੁੰਦੀ ਹੈ ਹਾਂਜੀ ਹਾਂਜੀ ਵੀਰੇ ਇਹਦੇ ਕਰਕੇ ਨਾ ਘੱਟ ਆਉਂਦੀ ਹੈ ਕਿਉਂਕਿ ਸਾਰੀ ਜਿੰਨੀ ਵੀ ਹਵਾ ਹੋਵੇ ਕ੍ਰੋਸ ਮਾੜੀ ਮੋਟੀ ਹੁੰਦੀ ਉਹ ਸਾਰੀ ਇਹਦੇ ਨਾਲ ਬੰਦ ਹੋ ਜਾਂਦੀ ਠੀਕ ਹੈ ਠੀਕ ਹੈ ਤੇ ਬਾਈ ਨੂੰ ਕਿਵੇਂ ਦਾ ਲੱਗਿਆ ਬਾਹਰ ਦਾ ਕੰਮ ਬਾਈ ਦਾ ਕਦੋਂ ਦੇ ਫੋਨ ਆਉਂਦੇ ਸੀਗੇ ਵੀਰੇ ਸਾਡੇ ਕੋਲ ਟਾਈਮ ਨਹੀਂ ਸੀ ਹੁੰਦਾ ਸੀ ਘੁੰਮਦੇ ਫਿਰਦੇ ਕਿ ਤੁਸੀਂ ਗੱਡੀ ਨਹੀਂ ਖੜਾਉਂਦੇ ਗੱਡੀ ਨਹੀਂ ਖੜਾਉਂਦੇ ਠੀਕ ਹੈ ਠੀਕ ਹੈ ਫਿਰ ਜਿਰਕਪੁਰ ਹੈ ਵੀਰੇ ਫਰੈਂਡ ਵਾਲਾ ਉਹ ਤਿਆਰ ਕਰਦਾ ਫਰੈਂਡ ਪਤਾ ਨਹੀਂ ਮੋਟਰਸ ਕਿਹੜਾ ਹੈ ਉਹਦੇ ਕੋਲ ਵੀ ਨਾ ਕਰਕੇ ਸਾਰਾ ਕੁਝ ਸੰਤ ਬਸ ਕਿਹਾ ਸੀ ਖੜਾ ਕੇ ਆਓ ਓਕੇ ਓਕੇ ਅਸੀਂ ਉੱਥੇ ਖੜਾ ਕੇ ਆਏ ਫਿਰ ਵੀਰ ਕਹਿੰਦਾ ਪਹਿਲਾਂ ਵੀਰ ਕਰੀਮ ਕਰਾਉਣ ਨੂੰ ਗਏ ਦੇ ਸੀਗੇ ਓਕੇ ਤੇ ਕਰੀਮ ਵੀਰ ਗੰਦਾ ਤੁਹਾਨੂੰ ਪਤਾ ਬਹੁਤ ਸ਼ੀਤ ਗੰਦਾ ਹੋ ਜਾਂਦਾ ਉਹ ਸਾਫ਼ ਵੀ ਨਹੀਂ ਹੁੰਦਾ ਸਾਫ਼ ਵੀ ਰੱਖਣੀ ਪੈਂਦੀ ਹੈ ਵੈਕਿਊਮ ਟਾਈਮ ਨਾਲ ਟਾਈਮ ਕਰਨਾ ਪੈਂਦਾ ਹੈ ਨਾ ਠੀਕ ਹੈ ਤਾਂ ਕਰਕੇ ਵੀਰ ਫਿਰ ਆਪਾਂ ਨੇ ਵੀਰ ਨੂੰ ਕਿਹਾ ਮਿੰਤਾ ਮੁੰਤਾ ਕਰੀਆਂ ਵੀ ਵੀਰ ਨਹੀਂ ਆਪਾਂ ਬਲੈਕ ਕਰਾਉਣਾ ਹੈ ਕਰਾਉਣਾ ਫਿਰ ਵੀਰ ਕਹਿੰਦਾ ਚਲੋ ਤੁਹਾਡੀ ਮਰਜ਼ੀ ਹੈ ਫਿਰ ਬਲੈਕ ਕਰਾਇਆ ਸੀ ਓਕੇ 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 ਤੇ ਬਾਈ ਇਹ ਲਾਈਟਾਂ ਵਾਲਾ ਵੀ ਤੁਹਾਡੀ ਮਤਲਬ ਦਿਮਾਗ 'ਚ ਆਇਆ ਲਾਈਟਾਂ ਲਵਾਉਣੀਆਂ ਨੇ ਹਾਂਜੀ ਹਾਂਜੀ ਇਹ ਵੀਰ ਨੀਚੇ ਮਤਲਬ ਕਿ ਦੇਖਦੇ ਸੀ ਹਨੇਰਾ ਜਿਹਾ ਹੁੰਦਾ ਸੀਗਾ ਤਾਂ ਕਰਕੇ ਫਿਰ ਵੀਰ ਨੀਚੇ ਵੀ ਲਾਈਟਾਂ ਲਵਾਤੀਆਂ ਆਪਾਂ ਨੇ ਠੀਕ ਹੈ ਨੀਚੇ ਅੰਦਰ ਰੋਸ਼ਨੀ ਹੋ ਜੂਗੀ ਓਕੇ 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 ਇਹ ਬੰਦ ਵੀ ਹੋ ਜਾਂਦੀਆਂ ਨੇ ਵੈਸੇ ਹਾਂਜੀ ਹਾਂਜੀ ਵੀਰੇ ਓਕੇ 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 ਠੀਕ ਹੈ ਠੀਕ ਹੈ ਤੇ ਬਾਈ ਚਲੋ ਹੁਣ ਤੁਸੀਂ ਸਿਸਟਮ ਸੁਣਾਓ ਕਿਉਂਕਿ ਮੈਂ ਜਦੋਂ ਤੁਸੀਂ ਆ ਰਹੇ ਸੀ ਨਾ ਮੈਂ ਉਦੋਂ ਬੀਟ ਬੜੀ ਵਧੀਆ ਲੱਗੀ ਮਤਲਬ ਵੀ ਕਹਿ ਦਈਏ ਬਹੁਤ ਬੈਸਟ ਸੀ ਓਕੇ ਓਕੇ ਵੀਰ 2 ਮਿੰਟਾਂ ਦੇਖੋ Yeah.
चलो डेफिनेटली गाइस एक नवी चीज हो दिखावांगे भाई उन्होंने ग्रिलां तैयार करनी दिखाई हुई ने ਉਹ ਤੁਹਾਡਾ ਅਲੱਗ ਹੀ ਕਨਸੈਪਟ ਹੈ ਠੀਕ ਹੈ ਉਹ ਆਪਾਂ ਇੱਕ ਡੇ ਲਾਈਟ 'ਚ ਸ਼ੂਟ ਕਰਾਂਗੇ ਕੁਛ ਹੋਰ ਚੀਜ਼ ਵਧੀਆ ਵੀ ਦਿਖਾਵਾਂਗੇ ਆਪਾਂ ਅਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਹੈ ਨਾ ਕਹਿ ਦਈਏ ਦਮਨ ਬਾਈ ਦੀਆਂ ਜਿਹੜੀ ਰੀਝਾਂ ਨੇ ਹੈ ਨਾ ਉਹ ਤੁਸੀਂ ਪੂਰੀਆਂ ਕੀਤੀਆਂ ਹੋਈਆਂ ਨੇ ਹੈ ਨਾ ਠੀਕ ਹੈ ਠੀਕ ਹੈ ਅਤੇ ਗਾਇਜ਼ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਣਾ ਆਉਣ ਵਾਲੇ ਵਲੌਗਸ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਾਈ ਚੈਨਲ ਨੇਮ ਇਜ਼ ਕਿਰਨ ਨੇਸ਼ਨ ਅਤੇ ਮੈਨੂੰ ਇੰਸਟਾ 'ਤੇ ਫੋਲੋ ਕਰਿਓ ਮਾਈ ਇੰਸਟਾਗ੍ਰਾਮ ਨੇਮ ਇਜ਼ ਕਿਰਨ ਦੀ ਪ੍ਰਾਈ ਵਲੌਗਸ 'ਤੇ ਬਾਈ ਤੁਸੀਂ ਆਪਣਾ ਫੇਮਸ ਇੰਸਟਾਗ੍ਰਾਮ ਦੱਸੋ ਤੇ ठीक है गाइज मैं नीचे डिस्क्रिप्शन च भी पा दांगा ठीक है तो बाई नू भी फॉलो करो बाई दी रील्स जरूर देखियो तो मिलते हैं आप अगले ब्लॉग च ठीक है ओके पीस आउट।